ਪ੍ਰਾਈਮੇਸ਼ਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਕੋਸ਼ਿਸ਼ ਕਰੀ ਦੀ ਹੈ ਕਿ ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਤੁਹਾਡੇ ਤੱਕ ਪਹੁੰਚਦਾ ਰਹੇ ਪੰਨੂ ਸਾਹਿਬ ਆਪਣੇ ਤਰੀਕੇ ਨਾਲ ਖਬਰਾਂ ਤੇ ਚਰਚਾ ਕਰਦੇ ਆ ਤੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨਵੀਂ ਸਰਕਾਰ ਬਣਨ ਲੱਗੀ ਹੈ ਮੰਤਰੀ ਬਣਨ ਦੀ ਦੌੜ ਵੀ ਤੇਜ਼ ਹੋ ਗਈ ਹੈ ਸੋਸ਼ਲ ਮੀਡੀਆ ਤੇ ਤਾਂ ਮੰਤਰੀ ਬਣਾਈ ਦਿੱਤੇ ਗਏ ਆ ਤੁਸੀਂ ਕਿਵੇਂ ਦੇਖਦੇ ਆ ਕਿਉਂਕਿ ਦਿੱਲੀ ਵਾਲ ਵੀ ਗੇੜੇ ਵੱਜਣੇ ਸ਼ੁਰੂ ਹੋ ਗਏ ਨੇ ਸੋਸ਼ਲ ਮੀਡੀਆ ਵੱਲ ਜਾਈਏ ਤੇ ਇਹ ਜਿਹੜੇ 92 ਐਮ.ਐਲ.ਏ ਜਿੱਤ ਕੇ ਆਏ ਆ ਆਮ ਆਦਮੀ ਪਾਰਟੀ ਦੇ ਇਹਨਾਂ ਚੋਂ 62 ਤਾਂ ਮੰਤਰੀ ਬਣ ਗਏ ਜੀ ਇੱਕ ਲਿਸਟਾਈ ਕੇ ਫਲਾਣੇ 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 ਮੰਤਰੀ ਬਣ ਗਏ ਦੂਸਰੀ ਆਗੇ ਇਹ ਨਹੀਂ ਆ ਬਣ ਗਏ ਤੀਸਰੀ ਆਗੇ ਹੁਣ ਤੱਕ ਪੰਜ ਲਿਸਟਾਂ ਆ ਚੁੱਕੀਆਂ ਨੇ ਉਹਨਾਂ 'ਚ 4-5 ਨਾਂ ਤਾਂ ਇੱਕੋ ਹੀ ਹੁੰਦੇ ਆ। ਹੁਣ ਭਗਵੰਤ ਮਾਨ ਦਾ ਨਾਂ ਤੇ ਵਿੱਚੋਂ ਕੋ ਕੱਟ ਨਹੀਂ ਸਕਦਾ। ਹਰਪਾਲ ਸਿੰਘ ਚੀਮੇ ਦਾ ਨਾਂ ਵੀ ਸਾਰਾ ਪਾਈ ਜਾਂਦੇ ਆ। ਅੱਛਾ, ਬਾਕੀ ਹਰ ਕੋਈ ਆਪਣੀ ਪਸੰਦ ਦੇ 5-7 ਬਦਲ ਕੇ ਇਧਰੋਂ-ਉਧਰੋਂ ਕਰਕੇ ਕੱਲੀ ਜਾ ਰਿਹਾ। ਇਹਨਾਂ ਨੂੰ ਕਿੰਨੀ ਅਧਿਕਾਰ ਦਿੱਤਾ ਕਿ ਤੁਸੀਂ ਆਪੋ ਆਪਣੇ ਮੰਤਰੀ ਚੁਣ ਕੇ ਕੱਲੀ ਜਾਓ। ਮੰਤਰੀ ਚੁਣਨਾ ਮੁੱਖ ਮੰਤਰੀ ਦਾ ਅਧਿਕਾਰ ਹੁੰਦਾ। ਜੀ। ਤੇ ਮੁੱਖ ਮੰਤਰੀ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਸੀਨੀਅਰ ਵਿਧਾਇਕਾਂ ਨਾਲ ਸਲਾਹ ਕਰਕੇ ਤੇ ਫਿਰ ਉਹਨਾਂ ਚੋਂ ਚੁਣਦਾ। ਕੁਝ ਲੋਕਾਂ ਨੇ ਸਿੱਧਾ ਫਾਰਮੂਲਾ ਰੱਖਿਆ ਕਿ 10 ਤਾਂ ਪਹਿਲੇ ਇਹ ਤੁਹਾਨੂੰ ਕੀਤਾ ਕਹਿੰਨੇ ਕਹਿੰਦਾ 10 ਪਹਿਲੇ। ਉਹਨਾਂ ਵਿੱਚੋਂ ਵੀ 3 ਜਾਂ 4 ਆਉਣਗੇ। ਬੱਕ ਨਹੀਂ ਆ ਸਕਦੇ। ਵੇਖਣਾ ਇਹ ਪੈਂਦਾ ਕਿਹੜੇ ਨਵੇਂ ਆਏ ਆ। ਇਹਨਾਂ ਦੇ ਵਿੱਚੋਂ ਬਹੁਤ ਵੱਡੀ ਯੋਗਤਾ ਵਾਲੇ ਕੁਛ ਆ ਗਏ। ਜੀ। ਕੋਈ ਇਹੋ ਜਿਹਾ ਵਿਭਾਗ ਮਿਸਾਲ ਦੇ ਤੌਰ ਤੇ ਡਾਕਟਰੀ ਹੈ ਉਹਦੇ ਵਾਸਤੇ ਡਾਕਟਰਾਂ ਨੂੰ ਸਵਾਲਣ ਵਾਸਤੇ ਉਸ ਵਿਭਾਗੇ ਦਾ ਜਾਣਕਾਰ ਕੋਈ ਮੰਤਰੀ ਬਣਾਉਣਾ ਪੈ ਸਕਦਾ ਕੋਈ ਟੈਕਨੀਕਲ ਐਜੂਕੇਸ਼ਨ ਹੈ ਕੋਈ ਫਾਈਨੈਂਸ ਬਾਰੇ ਹੈ ਖਜ਼ਾਨੇ ਬਾਰੇ ਉਹੋ ਜਿਹਾ ਸਿਆਣਾ ਕੋਈ ਚੁਣਨਾ ਪੈ ਸਕਦਾ ਜਿਹਨੂੰ ਇਹਦੀ ਸਮਝ ਹੋਵੇ ਇਹ ਸਾਰੇ ਜਿਹੜੇ ਚੁਣਨੇ ਚਨਾਉਣੇ ਆ ਕੰਮ ਹੁੰਦਾ ਮੁੱਖ ਮੰਤਰੀ ਦਾ ਤੇ ਪਾਰਟੀ ਲੀਡਰਸ਼ਿਪ ਦਾ ਕਿ ਸਿਰ ਜੋੜ ਕੇ ਬੈਠੇ ਪੁਰਾਣੇ ਤਾਤ ਪੁਰਾਣਾ ਬੰਦਾ ਇਸ ਕਮਿਊਨਿਟੀ ਕੁਝ ਬੰਦੇ ਇਹੋ ਜਿਹੇ ਆ ਜਿਹੜੇ ਫੀਲਡ ਵਿੱਚ ਕੰਮ ਕਰ ਸਕਦੇ ਆ ਬਹੁਤ ਵਧੀਆ ਲੋਕਾਂ ਜਾ ਕੇ ਬਹੁਤ ਸੁਣਾ ਕਰ ਸਕਦੇ ਪਰ ਜੇ ਉੱਥੇ ਵਿਧਾਨ ਸਭਾ ਚ ਬੋਲਣਾ ਹੋਵੇ ਨੁਕਤੇਆਂ ਨੂੰ ਚੁਣ-ਚਣ ਕੇ ਬੋਲਣਾ ਹੋਵੇ ਉਹ ਸ਼ਾਇਦ ਉਹਦਾ ਨਾਂ ਕਰ ਸਕਣ ਹੂੰ ਉਹਨਾਂ ਨੂੰ ਉੱਥੇ ਖੜੇ ਕਰ ਦਿਓ ਫਿਰ ਇਹ ਗੱਲ ਹੋਣੀ ਨਹੀਂ ਸਮੱਸਿਆ ਇਹ ਹੁੰਦੀ ਆ ਕਿ ਤੁਸੀਂ ਬੰਦੇ ਤੋਂ ਕਿਹੜੇ ਤੋਂ ਕਿਹੜੇ ਵਕਤ ਕਿਹੜਾ ਕੰਮ ਲੈਣਾ ਚਾਹੁੰਦੇ ਜੀ ਮੈਂ ਤੁਹਾਨੂੰ ਸਿੱਧੀ ਜੀ ਮਿਸਾਲ ਦਿੰਦਾ ਸਾਡੇ ਪੰਜਾਬ ਚੋਂ ਤਿੰਨ ਮੰਤਰੀ ਇਹੋ ਜੇ ਕੇਂਦਰ ਚ ਗਏ ਜਿਨ੍ਹਾਂ ਨੂੰ ਕਦੇ ਖੇਤੀ ਵਿਭਾਗ ਮਿਲਿਆ ਕਦੇ ਕੋਈ ਮਿਲਿਆ ਬੜੇ ਲਿਖੇ ਸਨ ਪਰ ਉੱਥੇ ਜਾ ਕੇ ਜਦੋਂ ਬੋਲਣਾ ਪੈਂਦਾ ਸੀ ਸਾਰੇ ਦੇਸ਼ ਤੋਂ ਆਈਆਂ ਲਿਸਟਾਂ ਅੰਕੜੇ ਪੜ-ਪੜ ਬੋਲਣਾ ਜबान ਥੱਥਲਾਉਣ ਲੱਗ ਪੈਂਦੀ ਸੀ ਇਦੋਂ ਤੋਂ ਝਾਕਦੇ ਸੀ ਫਿਰ ਵਿੱਚੋਂ ਪਿੱਛੇ ਬੈਠੇ ਮਨਿਸਟਰ ਆਫ ਸਟੇਟ ਨੂੰ ਜਾਂ ਡਿਪਟੀ ਮਨਿਸਟਰ ਨੂੰ ਕਹਿੰਦੇ ਸੀ ਹੁਣ ਤੂੰ ਦੱਸ ਵਿਜਿਤੀ ਕਰਵਾਈ ਸੀ ਪਰ ਐਸੇ ਹੀ ਪੰਜਾਬ ਚੋਂ ਬਹੁਤ ਘੱਟ ਪੜਿਆ ਸੀ ਬੂਟਾ ਸੋ ਉੱਥੇ ਜਾ ਕੇ ਹੋਮ ਮਨਿਸਟਰ ਬਣ ਕੇ ਸਾਰੇ ਨੂੰ ਉਂਗਲਾ ਤੈਨਣਾ ਚਾਹੀਦਾ ਸੀ ਵੇਖਣਾ ਪੈਂਦਾ ਕਿ ਬੰਦਾ ਕਿਹੜਾ ਕੰਨੀ ਜੋਗਾ ਜੀ ਇੱਥੇ ਹੁਣ ਜੇ ਮਹਿਕਮਾ ਕੋਈ ਉਹ ਜਾ ਦੇਣਾ ਹੋਵੇ ਜਿਹੜਾ ਟਿਕਸਟ ਟੈਕਨੀਸ਼ੀਅਨ ਦੇ ਹੱਥ ਚੋਂ ਆਉਣ ਵਾਲਾ ਤੁਸੀਂ ਇਹ ਵੇਖ ਕੇ ਫਿਰਾਂ ਸਿਨੀਅਰ ਸਿਨੀਅਰਿਟੀ ਵਗੈਰਾ ਸਾਰੀਆਂ ਗੱਲਾਂ ਆਪਣੇ ਤਾਂ ਪਾਰਟੀ ਨੇ ਕੀ ਕੁਝ ਫਿਰ ਇਹਨਾਂ ਦੇ ਵਿੱਚੋਂ ਇੱਕ ਬਹੁਤ ਸਿਆਣਾ ਬੰਦਾ ਠੱਮੇ ਵਾਲਾ ਆਦਮੀ ਹੋਵੇ ਜਾਂ ਔਰਤ ਉਹ ਵਿਧਾਇਕ ਚੁਣ ਕੇ ਸਪੀਕਰ ਤੇ ਉਹਦੇ ਨਾਲ ਲਗਭਗ ਓਨਾ ਕੁ ਸਿਆਣਾ ਤੇ ਠੱਮੇ ਵਾਲਾ ਡਿਪਟੀ ਸਪੀਕਰ ਵੀ ਲਾਉਣੇ ਪੈਣੇ ਕਿ ਉਹ ਉਹ ਜੇ ਮੰਤਰੀ ਸਾਹਿਬ ਬਣਾਤੇ ਸਿਨੀਅਰਿਟੀ ਵੇਖ ਕੇ ਫਿਰ ਕਿੱਦਾਂ ਬਣੇਗਾ ਜੀ ਆ ਰਾਣਾ ਕੇਪੀ ਸਿੰਘ ਸਪੀਕਰ ਸੀ ਤੇ ਪਿਛਲੇ 30 ਸਾਲਾਂ ਤੋਂ ਬਾਅਦ ਤੋਂ ਕਦੇ ਆ ਗਿਆ ਵਿਧਾਨ ਸਭਾ ਵਿੱਚ ਕਦੇ ਨਾ ਆਇਆ ਇੰਨੇ ਸੀਨੀਅਰ ਸੀ ਤੇ ਫਿਰ ਵੀ ਸਪੀਕਰ ਸੀ ਡਾਕਟਰ ਕੇਵਲ ਕਿਸ਼ਨ ਕਈ ਵਾਰ ਸਪੀਕਰ ਬਣਿਆ ਮੰਤਰੀ ਬਣਿਆ ਅਹੀ ਉਹਨੂੰ ਗਿਆਨੀ ਜੈਲ ਸਿੰਘ ਦੇ ਵਕਤ ਤੋਂ ਜਾਣਦੇ ਆ ਸੀਨੀਅਰ ਬੰਦਿਆਂ ਨੂੰ ਮੜਾਉਣਾ ਪੈਂਦਾ ਉਧਰ ਵੀ ਲਾਉਣਾ ਪੈਣਾ ਫਿਰ ਇੱਕ ਗੱਲ ਹੋਰ ਹੁੰਦੀ ਆ ਕੁਝ ਵਿਧਾਨ ਸਭਾ ਦੀਆਂ ਇਹੋ ਜਿਹੀਆਂ ਕਮੇਟੀਆਂ ਹੁੰਦੀਆਂ ਜਿਹੜੀਆਂ ਕੰਮਕਾਰ ਨੂੰ ਸੰਭਾਲਣ ਵਾਲੀਆਂ ਨੇ ਉਹਨਾਂ ਵਾਸਤੇ ਵੀ ਬੰਦਾ ਚੁਣ ਕੇ ਲਾਉਣਾ ਪੈਂਦਾ ਪਾਰਲੀਮੈਂਟਰੀ ਅਫੇਅਰਸ ਦਾ ਮਿਨਿਸਟਰ ਕੇ ਸਧਾਰਨ ਬੰਦੇ ਉੱਤੇ ਆਪਣਾਇਆ ਜਾ ਸਕਦਾ ਇਹ ਸਭ ਗਿਣਤੀਆਂ ਮਿੰਟੀਆਂ ਕਰਨੀਆਂ ਪੈਣੀਆਂ ਨੇ ਜਿਹੜਾ ਕੋਈ ਕਹਿੰਦਾ ਫਟਾਫਟ ਵੀ ਹੁਣ ਤਾਂ ਕੋਈ ਗੱਲ ਨਹੀਂ ਹੋ ਗਿਆ ਹੋ ਗਿਆ ਇਹ ਤਰੀਕਾ ਠੀਕ ਨਹੀਂਗਾ ਤੇ ਹਰ ਕਿਸੇ ਨੂੰ ਐਵੇਂ ਆਪਣੀ ਆਪਣੀ ਮਰਜ਼ੀ ਦੀਆਂ ਲਿਸਟਾਂ ਨਹੀਂ ਕੱਢਣੀਆਂ ਚਾਹੀਦੀਆਂ ਜੀ ਇਹਦੇ ਨਾਲ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਭਰਮ ਭੁਲੇਖਾ ਪੈਦਾ ਮੇਰੇ ਖਿਆਲ ਸ਼ਾਇਦ ਇਹ ਪਾਰਟੀ ਵਾਲੇ ਕੱਢਦੇ ਵੀ ਨਾ ਆਉਣ ਪਾਸੇ ਤੋਂ ਕੁਝ ਉਹ ਲੋਕ ਜਿਹੜੇ ਚਾਹਦੇ ਆ ਕਿਸ ਪਾਰਟੀ ਦੀਆਂ ਚਾਬੀਆਂ ਹਲਾਤੀਆਂ ਜਾਣ ਉਹ ਵੀ ਲਿਸਟਾਂ ਕੱਢ ਰਿਹਾ ਕੁਝ ਲੋਕ ਤੇ ਦਿੱਲੀ ਨੂੰ ਵੀ ਭਜੋ ਠੀਕ ਉੱਥੋਂ ਇੱਕ ਸਪਾਰਕ ਪਾ ਕੇ ਸਾਨੂੰ ਵਜਰੀ ਮਿਲ ਜੂ ਜੀ ਕੁਝ ਇੱਥੇ ਵੀ ਲਗੜ ਭੁਗੜ ਦੇ ਕੋਲ ਜਾ ਕੇ ਪਹੁੰਚ ਕਰਦੇ ਫਿਰਦੇ ਤੁਸੀਂ ਜਿਹੜਾ ਗਾਕਿਓ ਜੀ ਮੈਨੂੰ ਇੱਕ ਵਜਰੀ ਮਿਲ ਜੂ ਇਹ ਸਭ ਕੁਝ ਛੱਡ ਦੇਣਾ ਚਾਹੀਦਾ ਇਹ ਵੇਖਣਾ ਮੁੱਖ ਮੰਤਰੀ ਨੇ ਤੇ ਉਹਦੀ ਪਾਰਟੀ ਨੇ ਸਾਨੂੰ ਅਧੀਕ ਕਰਨੀ ਚਾਹੀਦੀ ਹੈ ਕਿ ਕੜੀ ਲਿਸਟ ਆਊਗੀ ਜਿਹੜੇ ਉਹ ਬਣਾ ਦੇਣਗੇ ਫਿਰ ਅਸੀਂ ਉਹਨਾਂ ਦੇ ਚੰਗੇ ਮੰਦੇ ਬਾਰੇ ਚਰਚਾ ਕਰਾਂ ਜੀ ਪੰਸਰ ਇੱਕ ਮੁੱਦਾ ਚੁੱਕਿਆ ਜਾ ਰਿਹਾ ਹੈ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਪ੍ਰੋਗਰਾਮ ਕਰਵਾਇ ਤੇ ਬੱਸਾਂ ਭਰ-ਭਰ ਕੇ ਗਈਆਂ ਸੀ ਸਰਕਾਰੀ ਦੂਸਰੇ ਪਾਸੇ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਖਜ਼ਾਨੇ ਦੇ ਉੱਪਰ ਭਾਰ ਹੈ ਕਿੰਨਾ ਕੁ ਸੱਚ ਹੈ ਕੱਲ ਖਟਕੜ ਕਲਾਂ ਵਿੱਚ ਵੀ ਪ੍ਰੋਗਰਾਮ ਹੈ ਕਿ ਸਵਾਲ ਫੇਰ ਉੱਠਣਗੇ ਕਿ ਸਰਕਾਰ ਦਾ ਪੈਸਾ ਵਰਤਿਆ ਜਾ ਰਿਹਾ ਦੇਖੋ ਅਜੇ ਇਹ ਜੋ ਮਰਜ਼ੀ ਕੋਈ ਆਖੀ ਜਾਵੇ ਮੁੱਖ ਮੰਤਰੀ ਠੀਕ ਕਰੇ ਗਲਤ ਕਰੇ ਆ ਪਹਿਲੇ 2 ਮਹੀਨੇ ਲੋਕਾਂ ਨੇ ਇਹੋ ਜੀਆਂ ਗੱਲਾਂ ਗੁੱਲਾਂ ਨਹੀਂ ਸੁਣਨੀਆਂ ਜੀ ਇਹ ਗੱਲ ਸਾਡੇ ਵਰਗਿਆਂ ਵਿੱਚੋਂ ਵੀ ਕਰੋੜ ਰੁਪਏ ਦੀਆਂ ਬੱਸਾਂ ਉੱਥੇ ਕਿਉਂ ਗਈਆਂ ਜੀ ਜੇ ਅਸੀਂ ਕਹਿਤਾ ਕਿ ਨਹੀਂ ਇਸ ਲਈ ਜਾਣੀਆਂ ਚਾਹੀਦੀਆਂ ਹੁਣ ਪਤਾ ਲੱਗਾ ਕਿ ਉਹਨਾਂ ਨੇ ਇਹਦਾ ਪੂਰਾ ਕਾਨੂੰਨੀ ਪੱਖ ਵੇਖ ਕੇ ਉੱਥੇ ਜਾਣ ਦਾ ਪ੍ਰਬੰਧ ਕੀਤਾ ਕੀ ਕੀਤਾ ਆਪੇ ਦੱਸ ਦੇਣਗੇ ਆਮ ਲੋਕ ਇਹ ਕਹਿੰਦੇ ਆ ਆ ਚਾਰ ਬੱਸਾਂ ਉੱਥੇ ਚਲੀਆਂ ਗਈਆਂ ਇਹ ਅਜੇ ਸ਼ੁਰੂਆਤ ਹੈ ਵੇਖੋ ਤਾਂ ਸਹੀ ਸਰਕਾਰ ਬਣਨ ਦਿਓ ਇਹ ਜੀ ਸਮਾਗਮ ਕੀਤਾ ਜਾਣਾ ਸ਼ਹੀਦ ਭਗਤ ਸਿੰਘ ਦੇ ਪਿੰਡ ਇਹ ਸਮਾਗਮ ਤੇ ਇੰਨਾ ਖਰਚ ਹੋ ਜਾਊਗਾ ਕਰੋੜ ਗਿਨੇ ਜਾ ਰਹੇ ਆ ਅੱਗੇ ਕਦੇ ਇਦਾਂ ਦਾ ਕੋਈ ਖਰਚ ਨਹੀਂ ਹੋਇਆ ਅਸੀਂ ਉਦੋਂ ਕੋਈ ਕਿੰਤੋਂ ਨਹੀਂ ਸੀ ਕੀਤੀ ਜਦੋਂ 1997 ਚ ਬਾਦਲ ਸਰਕਾਰ ਬਣੀ ਤੇ ਪਹਿਲੀ ਵਾਰ ਉਹਨਾਂ ਨੇ ਆਖਿਆ ਮੈਂ ਰਾਜਪਵਨ ਦੇ ਸੌ ਨਹੀਂ ਚੁਕਣੀ ਮੁਹਾਲੀ ਚ ਜਾ ਕੇ ਸਟੇਡੀਅਮ ਚ ਚੁਕਨੇ ਬਾਦਲ ਸਾਹਿਬ ਤੇ 6 ਮੰਤਰੀਆਂ ਨੇ ਸੱਤਾ ਨੇ ਸੌ ਚੁੱਕੀ ਸੀ ਔਰ ਆਖਿਆ ਵੀ ਗਿਆ ਸੀ ਕਿ ਬਾਦਲ ਸਾਹਿਬ ਨੂੰ ਸੱਤ ਦਾ ਅੰਕੜਾ ਬੜਾ ਚੰਗਾ ਲੱਗਦਾ ਉਹ 57 ਚ ਪਹਿਲੀ ਵਾਰੀ ਐਮਐਲਏ ਬਣੇ ਸਨ। ਜੀ 70 ਚ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸਨ। 77 ਚ ਦੂਜੀ ਵਾਰੀ ਬਣੇ ਸਨ। 97 ਚ ਫੇਰ ਬਣੇ ਸਨ। ਉਹ ਕਹਿੰਦੇ ਮੈਂ 85 ਚ ਇਸ ਕਰਕੇ ਨਹੀਂ ਬਣਿਆ ਕਿਉਂਕਿ ਸੱਤਾ ਨਹੀਂ ਸੀ। ਅੱਛਾ ਜੀ। ਹੁਣ ਉਹਨਾਂ ਨੇ ਆਖਿਆ ਜੀ ਸੱਤ ਇਸ ਕਰਕੇ ਬਣਾਇਆ। ਪਰ ਸੱਤਾ ਵਾਸਤੇ ਉਹ ਸਟੇਡੀਅਮ ਪੁੱਟਿਆ ਗਿਆ। ਤੇ ਉਦੋਂ ਹੀ ਲੋਕੀ ਕਹਿੰਦੇ ਇਹ 70 ਲੱਖ ਰੁਪਏ ਉਹਦੇ ਪੇਰ ਤੇ ਲੱਗ ਗਏ। ਇਹ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੈ। ਫਿਰ ਇੱਕ ਵਾਰੀ ਬਾਦਰ ਸਾਹਿਬ ਚੁਣੇ ਗਏ ਮੰਤਰੀ ਮੰਡਲ ਨੂੰ ਸੋਚ ਕਾਉਣੀ ਸੀ ਚੰਡੀਗੜ੍ਹ ਚ ਨਹੀਂ ਚਕਾਈ ਮੁਹਾਲੀ ਚ ਨਹੀਂ ਚਕਾਈ ਉੱਥੋਂ ਅੱਗੇ ਆ ਜਾ ਕੇ ਚੱਪੜ ਚੜੀ ਦੇ ਸਥਾਨ ਤੇ ਜਿਹੜਾ ਬਾਬਾ ਬੰਦਾ ਬਾਦਰ ਦਾ ਸਥਾਨ ਹੈ ਮਾਫ ਕਰਨਾ ਮੈਂ ਦੱਸ ਦਿਆਂ ਕਿ ਬਾਬਾ ਬੰਦਾ ਬਾਦਰ ਹੋਰ ਹਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਥਾਨ ਤੇ ਆ ਕੇ ਡੇਰਾ ਇਸਕਰ ਕਰਾਇਆ ਸੀ ਕਿਉਂਕਿ ਉੱਥੇ ਇੱਕ ਛੱਪੜ ਸੀ ਉਹਦੇ ਛੱਪੜਾਂ ਦੇ ਵਿੱਚ ਵੀ ਨਿਰਮਲ ਜਲ ਹੁੰਦਾ ਸੀ ਸ਼ਾਨਦਾਰ ਵਧੀਆ ਪਾਣੀ ਪਾੜ ਤੋਂ ਆਇਆ ਆਸ-ਪਾਸੇ ਰੁੱਖਾਂ ਦੀ ਛਿੜੀ ਸੀ ਛੱਪੜ ਤੇ ਝੜੀ ਸੀ ਜਿਹਨੂੰ ਹੌਲੀ-ਹੌਲੀ ਅੰਗਰੇਜ਼ੀ ਵਾਲਿਆਂ ਨੇ ਛੱਪੜ ਝੜੀ ਤੋਂ ਛੱਪੜ ਝੜੀ ਬਣਾ ਦਿੱਤਾ ਜੀ ਇਹਨਾਂ ਨੇ ਉਸ ਛੱਪੜ ਝੜੀ ਵਾਲੇ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਉੱਥੇ ਆਗੇ ਸੌਂ ਚੁੱਕੀ ਸੀ ਉੱਥੇ ਗਵਰਨਰ ਲਿਆਂਦਾ ਸੀ ਉਦੋਂ ਕਿੰਨੇ ਕਰੋੜ ਖਰਚੇ ਸੀ ਜਦੋਂ ਸੁਖਬੀਰ ਸਿੰਘ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਬੜੀ ਤੁੰਦ ਪਈ ਸੀ ਔਰ ਤੁੰਦ ਇੰਨੀ ਸੀ ਕਿ ਬਾਦਲ ਪਰਿਵਾਰ ਦੇ ਜੀਪ ਪਿੰਡ ਤੋਂ ਹੈਲੀਕਾਪਟਰ ਨਹੀਂ ਸੀ ਉੱਡ ਸਕਿਆ ਤੇ ਪਹੁੰਚ ਨਹੀਂ ਸਕਿਆ ਸਮਾਗਮ ਅੰਮ੍ਰਿਤਸਰ ਕੀਤਾ ਗਿਆ ਸੀ ਤੇ ਬਾਈਪਾਸ ਦੇ ਉੱਤੇ ਜਿਹੜਾ 에어ਪੋਰਟ ਨੂੰ ਜਾਂਦਾ ਰਸਤਾ ਰਣਜੀਤ ਐਵੇਨਿਊ ਦੀਆਂ ਗਰਾਉਂਡਾਂ 'ਚ ਕੀਤਾ ਗਿਆ ਸੀ ਉਹਦੇ ਉੱਤੇ ਕਿੰਨਾ ਖਰਚ ਆਇਆ ਸੀ ਜਦੋਂ ਸ਼ਹੀਦ ਭਗਤ ਸਿੰਘ ਦਾ 100 ਸਾਲਾ ਜਨਮ ਦਿਨ ਮਨਾਉਣਾ ਸੀ ਖੜਕੜਕਲਾਂ 'ਚ ਇੱਕ ਸਮਾਗਮ ਕੀਤਾ ਗਿਆ ਕਰੋੜਾਂ ਰੁਪਇਆ ਲੱਗ ਗਿਆ ਮਗਰੋਂ ਇੱਕ ਨੌਜਵਾਨ ਨੇ ਆਰਟੀਆਈ 'ਚ ਪੁੱਛ ਲਿਆ ਕਿ ਇਹੜਾ ਇੰਨਾ ਪੈਸਾ ਲੱਗਾ ਕਿੱਥੇ-ਕਿੱਥੇ ਗਿਆ ਕਿਹਨੂੰ-ਕਿਹਨੂੰ ਕਿੰਨਾ-ਕਿੰਨਾ ਦਿੱਤਾ ਗਿਆ ਉਹਦੇ ਵਿੱਚ ਮੁੰਬਈ ਦੇ ਵਿੱਚ ਬੈਠੇ ਕੁਝ ਕਲਾਕਾਰਾਂ ਦੇ ਨਾਂ ਲਿਖੇ ਗਏ ਫੁਲਾਨੇ ਨੂੰ 5 ਕਰੋੜ ਫੁਲਾਨੇ ਨੂੰ 8 ਕਰੋੜ ਫੁਲਾਨੇ ਨੂੰ 12 ਕਰੋੜ ਉਹਨੇ ਉਹਨਾਂ ਨੂੰ ਚਿੱਠੀਆਂ ਪਾ ਕੇ ਪੁੱਛ ਲਿਆ ਕਿ ਕੀ ਤੁਸੀਂ ਇੰਨੇ ਕਰੋੜ ਲਏ ਕਿਉਂਕਿ ਉਹਨੂੰ ਪਤਾ ਸੀ ਉਹ ਲਾਗਲੇ ਪਿੰਡ ਦਾ ਸੀ ਉਹਨੂੰ ਪਤਾ ਸੀ ਕਿ ਉਹ ਤੇ ਆਏ ਨਹੀਂ ਇਹਨੇ ਪੁੱਛਿਆ ਵੀ ਕੀ ਤੁਸੀਂ ਸ਼ਹੀਦ ਭਗਤ ਸਿੰਘ ਦੇ ਸ਼ਹਾਦਤ ਦੇ ਸਮਾਗਮ ਤੇ ਆਉਣ ਲਈ ਇੰਨੇ ਨੇ ਪੈਸੇ ਲਏ ਤੇ ਉਹਨਾਂ ਦੇ ਅੱਗੇ ਆਖਿਆ ਜਵਾਬ ਹੋਇਆ ਕਿ ਕਿਹੜਾ ਸਮਾਗਮ ਇੱਕ ਕਦੋਂ ਹੋਇਆ ਸੀ ਕਿੱਥੇ ਹੋਇਆ ਸੀ ਸਾਨੂੰ ਤਾਂ ਸੱਦਾ ਉਹਨਾ ਤੇ ਇੱਕ ਪਾਸੇ ਗੱਲ ਆ ਪੇਮੈਂਟ ਕਰਨੀ ਤੇ ਵੱਖਰੀ ਗੱਲ ਆ ਸਾਨੂੰ ਤਾਂ ਇਹ ਹੀ ਨਹੀਂ ਪਤਾ ਇਹੋ ਜਿਹਾ ਕੋਈ ਸਮਾਗਮ ਹੋਇਆ ਉਹਦੀ ਫਿਰ ਇਨਕੁਆਰੀ ਹੋਈ ਉਸ ਇਨਕੁਆਰੀ ਚ ਜਲੰਧਰ ਡਿਵੀਜ਼ਨ ਦਾ ਜਿਹੜਾ ਕਮਿਸ਼ਨਰ ਸੀ ਸਾਰਾ ਭਾਂਡਾ ਉੱਤੇ ਭੱਜ ਗਿਆ ਜਦ ਕਿ ਉਹ ਸਾਰਾ ਪੈਸਾ 8 ਜਾਂ 9 ਕਰੋੜ ਰੁਪਈਆ ਸੀ ਉਹ ਖਦਾ ਸਿਆਸੀ ਲੀਡਰਾਂ ਸੀ ਤੇ ਭਾਂਡਾ ਭੱਜ ਗਿਆ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਤੇ ਕਮਿਸ਼ਨਰ ਕੇਸ ਬਣ ਗਿਆ ਤੇ ਜੇਲ੍ਹ ਚ ਲਾ ਗਿਆ ਉਹ ਬੜਾ ਚਿਰ ਜੇਲ੍ਹ ਰਿਹਾ ਉਹਦੀ ਜ਼ਮਾਨਤ ਨਹੀਂ ਸੀ ਹੁੰਦੀ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ ਵੀ ਪੈਸੇ ਖਾਦੇ ਗਏ ਜੋ ਬੋੜੀ ਪੌਂਦਾ ਸੀ ਵੀ ਮੈਂ ਬੋੜੀ ਮੋੜ ਮੋੜ ਉਹ ਕਹਿੰਦਾ ਸੀ ਮੇਰਾ ਕੋਈ ਕਸੂਰ ਨਹੀਂ ਖਾਨ ਵਾਲੇ ਕਾਗੇ ਮੇਰਾ ਤੇ ਨਾ ਹੀ ਲੱਗਾ ਅੱਛਾ ਉਹ ਉਹਦਾ ਕਿਸੇ ਨੂੰ ਚੇਤਾ ਨਹੀਂ ਆ ਹੁਣੇ ਅਜੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ ਜੀ ਉਹਦੇ ਬਾਰੇ ਰੌਲਾ ਹੁੰਦਾ ਪੈਂਦਾ ਪਿਆ ਕਿ 150 ਕਰੋੜ ਰੁਪਏ ਦਾ ਕਾਲਾ ਮળો ਹੋ ਗਿਆ ਉਸ ਕਾਲੇ ਮਲੇ ਦੇ ਵਿੱਚ ਕਿੰਨਾ ਕੌਣ ਖਾ ਗਿਆ ਇਹ ਰੌਲਾ ਸ਼੍ਰੋਮਣੀ ਕਮੇਟੀ 'ਚ ਵੀ ਪੈ ਰਿਹਾ ਕਿ LED ਸਕਰੀਨਾਂ ਉਹਨੇ ਦੀਆਂ ਸਕਰੀਨਾਂ ਨਹੀਂ ਜਿੰਨਾ ਉਹਦੇ ਨਾਲ ਸਕਰੀਨ ਦੇ ਮੁੱਲ ਨਾਲੋਂ 5-5 ਗੁਣਾ ਜਿਹੜਾ ਕਿਰਾਇਆ ਪਾ ਕੇ ਤੇ ਸ਼੍ਰੋਮਣੀ ਕਮੇਟੀ ਜੋ ਗੁਰੂ ਕੀ ਗੋਲਕ ਖਾਦੀ ਗਈ ਤੇ ਜਿਹੜਾ ਪੰਜਾਬ ਸਰਕਾਰ ਤੋਂ ਆਇਆ ਉਹਦੇ ਵਿੱਚ ਇੱਕ ਐਮਐਲਏ ਦਾ ਨਾਮ ਲੱਗਦਾ ਕੁਝ ਅਫਸਰਾਂ ਦਾ ਲੱਗਦਾ ਕਿ 1 ਕਰੋੜ ਰੁਪਇਆ ਖਾ ਗਏ ਉਹ ਕਰੋੜਾ ਖਾਦਿਆ ਕਿੰਨ ਆ ਚਰਜੀਸੋ ਚੰਨੀ 23 ਦਿਨਾਂ ਦੀ ਵਜਿਰੀ ਸੀ ਉਹਦੀ ਟੌਰ ਸੀਗਾ ਹੈਲੀਕਾਪਟਰ ਲੈ ਗਿਆ ਉੱਥੇ ਤਾਰਤਾ ਉੱਥੇ ਤਾਰਤਾ ਬੱਚਿਆਂ ਨੂੰ ਝੂਟੇ ਦੇਣ ਲੱਗ ਪਿਆ ਜੀ ਉਹਦੇ ਉੱਤੇ ਕਿੰਨਾ ਖਰਚ ਕਰਤਾ ਜਿਹੜਾ ਇੰਨਾ ਖਰਚ ਹੋਇਆ ਨਾ ਐਸ ਵੇਲੇ ਜੇ ਕੋਈ ਆਖੇ ਕਿ ਭਗਵੰਤ ਮਾਨ ਦੀ ਪਾਰਟੀ ਨੇ ਸੌ ਚੁੱਕ ਸਮਾਗਮ ਦੇ ਉੱਤੇ ਇੱਥੇ ਇੰਨਾ ਖਰਚਾ ਕਰ ਦੇਣਾ ਪੰਜਾਬ ਦੇ ਲੋਕ ਐਸ ਵੇਲੇ ਸੁਣ ਸੁਣ ਦੇ ਮੂਡ 'ਚ ਨਹੀਂ ਜੀ ਉਹ ਜਦੋਂ ਕੋਈ ਕਹਿੰਦਾ ਨਾ ਤੇ ਕੋਈ ਸ਼ੀਸ਼ਾ ਵਿਖਾਉਣ ਲੱਗ ਪੈਂਦੇ ਕਿ ਤੁਹਾਡੇ ਵੇਲੇ ਕੀ ਹੋਇਆ ਸੀ ਸੋ ਯਾਰ ਦਿਨ ਵੇਖਣਾ ਚਾਹੀਦਾ ਅਜੇ ਤਾਂ ਉਹ ਜਦਾਂ ਕਹਿੰਦੇ ਨੇ ਕਿ ਬੱਚੇ ਦੇ ਪੈਰ ਪੰਘੂੜੇ 'ਚ ਆ ਇਹ ਤਾਂ ਸਰਕਾਰ ਨੇ ਸੌਂ ਵੀ ਖਾਦੀ ਸੌ ਚੁੱਕਣ ਦਿਓ ਉਸ ਤੋਂ ਬਾਅਦ ਉਹਦੇ ਬਾਕੀ ਕੰਮਾਂ ਨੂੰ ਵੇਖ ਕੇ ਉਹਦਾ ਚੰਗਾ ਮੰਦਾ ਜੋ ਵੀ ਹੋਵੇਗਾ ਸਾਰੇ ਲੋਕੋ ਦੀ ਉਸੇ ਤਰ੍ਹਾਂ ਹਾ ਪੱਖੀ ਤੇ ਨਾ ਪੱਖੀ ਕਿਰਦਾਰ ਦੇ ਤੁਲਨਾ ਕਰਦੇ ਰਹਿਣਗੇ ਅਸੀਂ ਵੀ ਕਿਹੜੀ ਘੱਟ ਕਰਨੀ ਹੈ ਅਸੀਂ ਵੀ ਕਰਾਂਗੇ ਜੀ ਜੇ ਚੰਗਾ ਕੰਮ ਕਰਨਗੇ ਸ਼ਾਬਾਸ਼ ਆਖਾਂਗੇ ਮਾੜਾ ਕਰਨਗੇ ਨੁਕਤਾਚੀਨੀ ਖੜੇ ਪੈਰ ਕਰਾਂਗੇ ਪਰ ਅਜੇ ਤੁਰੇ ਵੀ ਨਾ ਹੋਣ ਗਾਲੀ ਕੀਤੀ ਆ ਤੇ ਉਸੇ ਵੇਲੇ ਪੰਜਵਾਂ ਗੇਅਰ ਲਾ ਕੇ ਪੈ ਜੋ ਉਹਦੇ ਖਿਲਾਫ ਪ੍ਰਚਾਰ ਸ਼ੁਰੂ ਕਰ ਇਹ ਲੋਕਾਂ ਨੇ ਇਹ ਵੇਲੇ ਸੁਣਨਾ ਨਹੀਂ ਜਿਹੜਾ ਕਰੂਗਾ ਉਹ ਭਗਵੰਤ ਮਾਨ ਨੇ ਜਾ ਕੇ ਉਹਦੇ ਕੇਜਰੀਵਾਲ ਦੇ ਗੁੜੀ ਹਥਲਾ ਤੇ ਪੈਰੀ ਹਥਲਾ ਤੇ ਇੱਕ ਬੰਦੇ ਨੇ ਦਿੱਲੀ 'ਚ ਬੈਠੇ ਨੇ ਫਟਾਫਟੇ ਤੇ ਕੁਝ ਮਸੀਹ ਬਾਤ ਸਾਰੇ ਪੰਜਾਬ 'ਚ ਨੇ ਸਾਰੀ ਦੁਨੀਆ 'ਚ ਜਿਹੜਾ ਉਹਦਾ ਰਿਐਕਸ਼ਨ ਹੋਇਆ ਇੱਕ ਘੰਟੇ ਬਾਦ ਨੂੰ ਆਪਣੀ ਉਹ ਪੋਸਟ ਵਾਪਸ ਲੈਣੀ ਪਈ ਉਹਦੇ ਬਾਅਦ ਕੋਈ ਨਹੀਂ ਕਿਉਂਕਿ ਪੈਰੀ ਹੱਥ ਕੌਣ ਕਿਤੇ ਨਿਲਾਉਦਾ ਇੱਥੇ ਸਾਰੀਆਂ ਪਾਰਟੀਆਂ ਜਿਹੜੇ ਕਲਚਰ ਜਿਹਾ ਬਣਿਆ ਪਿਆ ਉਹ ਜਿਹੜੇ ਆਪਣੇ ਆਪਣੇ ਢੰਗ ਨਾਲ ਕਰੀ ਜਾਂਦੇ ਆ ਜਿਹੜਾ ਇਸ ਵੇਲੇ ਕੋਈ ਇਹ ਖੋਦੀ ਕਾਲਾ ਰਿਐਕਸ਼ਨ ਦਿੰਦਾ ਨਾ ਜੀ ਉਹਨੂੰ ਇਹ ਸੋਚਣਾ ਚਾਹੀਦਾ ਕਿ ਲੋਕ ਉਹਦੇ ਬਾਰੇ ਕੀ ਸੋਚਣਗੇ ਆ ਪੰਥਕ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਂ ਵੀ ਤਾਂ ਉਗੇ ਰਹਿੰਦੇ ਸੀ ਤੁਹਾਨੂੰ ਸਾਹਿਬ ਲੈ ਪੰਥਕ ਪਾਰਟੀਆਂ ਦੇ ਤੁਸੀਂ ਹੋਰ ਸੁਣੋ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਡਿਪਟੀ ਮੁੱਖ ਮੰਤਰੀ ਸੁਖਵੀਰ ਸੋਲ ਸੀ ਆਪੋਜੀਸ਼ਨ ਲੀਡਰ ਸੁਨੀਲ ਜਾਖੜ ਸੀ ਤਿੰਨੇ ਇਕੱਠੇ ਗਏ ਦਿੱਲੀ ਜੀ ਯੋਜਨਾ ਕਮਿਸ਼ਨ ਦੇ ਦਫ਼ਤਰ ਅੱਗੇ ਸੁਨੀਲ ਜਾਖੜ ਨੇ ਜਾ ਕੇ ਬਾਦਲ ਸਾਹਿਬ ਦੇ ਗੋਡੀਆਂ ਥਲਾਤੇ ਉਹ ਫੋਟੋ ਲੈ ਕੇ ਅਕਾਲੀ ਦਲ ਨੇ ਪ੍ਰੈਸ ਨੂੰ ਦਿੱਤੀ ਕਿ ਬਾਦਲ ਸਾਹਿਬ ਦਾ ਐਡਾ ਉੱਚਾ ਕਾਦਿਆ ਕਿ ਵਿਧਾਨ ਸਭਾ ਦਾ اپੋਜੀਸ਼ਨ ਲੀਡਰ ਸੁਨੀਲ ਜਾਖੜ ਕਾਂਗਰਸੀ ਲੀਡਰ ਉਹ ਵੀ ਉਹਨਾਂ ਦੇ ਗੋਡੀਆਂ ਹਥਲਾਉਂਦਾ ਸੁਨੀਲ ਜਾਖੜ ਨੇ ਆਖਿਆ ਜੀ ਮੇਰੇ ਪਿਤਾ ਜੀ ਪਾਰਲੀਮੈਂਟ ਦੇ ਸਪੀਕਰ ਹੁੰਦੇ ਸੀ ਉਦੋਂ ਤੋਂ ਲੈ ਕੇ ਜਦੋਂ ਬਾਦਲ ਸਾਹਿਬ ਦੂਜੀ ਵਾਰੀ ਮੁੱਖ ਮੰਤਰੀ ਬਣੇ ਉਦੋਂ ਮੇਰੇ ਪਿਤਾ ਜੀ ਪੰਜਾਬ ਦੇ ਵਿੱਚ اپੋਜੀਸ਼ਨ ਲੀਡਰ ਹੁੰਦੇ ਸੀ ਦੋਵਾਂ ਪਰਿਵਾਰਾਂ ਦਾ ਆਪਸ ਵਿੱਚ ਮੇਲ ਜੋਲਿਆ ਮੇਰੇ ਵਾਸਤੇ ਤੇ ਉਹ ਬਜ਼ੁਰਗ ਸੀ ਮੈਂ ਗੋਡੀਆਂ ਹਥਲਾਤਾ ਪਰ ਜਿਸ ਤਰ੍ਹਾਂ ਇਸ ਫੋਟੋ ਦੀ ਦੁਰਵਰਤੋਂ ਕੀਤੀ ਕਿ ਮੈਂ ਅੱਜ ਤੋਂ ਇਹ ਸਾਫ਼ ਕਹਿਣਾ ਕਿ ਮੈਂ ਅੱਗੇ ਤੋਂ ਇਹੋ ਜਿ ਕਿਸੇ ਵੀ ਲੀਡਰ ਦੇ ਕੋਈ ਗੁੱਡੀ ਹੱਥ ਨਹੀਂ ਲਾਊਗਾ ਮੈਂ ਬਾਦਲ ਸਾਹਿਬ ਦੇ ਬਿਲਕੁਲ ਨਹੀਂ ਲਾਊਗਾ ਬਾਦਲ ਸਾਹਿਬ ਦੀ ਬੇਇੱਜ਼ਤੀ ਵਕਿੰਗ ਕਰਾਤੀ ਉਹਨਾਂ ਨੇ ਕਰਾਤੀ ਜਿਨ੍ਹਾਂ ਨੇ ਫੋਟੋ ਇਦੁਰ ਵਰਤੋਂ ਕੀਤੀ ਅਸੀਂ ਉਸ ਤੋਂ ਪਹਿਲਾਂ ਉਹ ਦਿਨ ਵੀ ਵੇਖਿਆ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਗੀਰ ਸਿੰਘ ਜੋਗਾ ਪ੍ਰਜਾ ਮੰਡਲ ਦੇ ਮੁਖੀ ਹੁੰਦੇ ਸਨ ਪੁਰਾਣੇ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲੇ ਰਾਜਿਆਂ ਖਿਲਾਫ ਲੜਨ ਵਾਲੇ ਉਹ ਕਮਿਊਨਿਸਟ ਪਾਰਟੀ ਦੇ ਐਮ.ਐਲ.ਏ ਸੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀ ਜਿਹੜਾ ਉਹਨਾਂ ਨਾਲ ਮੀਤ ਪ੍ਰਧਾਨਗੀ ਰਹਿ ਚੁੱਕਾ ਸੀ ਤੇ ਉਹਨਾਂ ਦੇ ਆਪ ਹੀ ਉਹਨੂੰ ਬਾਹੋਂ ਫੜ ਕੇ ਤੋੜਿਆ ਸੀ ਰਾਜਨੀਤੀ 'ਚ ਤੇ ਉੱਥੇ ਹੀ ਜਿਹੜਾ ਆਪੋਜੀਸ਼ਨ ਦਾ ਡਿਪਟੀ ਲੀਡਰ ਸੀ ਜਸਵਿੰਦਰ ਸਿੰਘ ਸੰਧਵਾ ਉਹ ਵੀ ਗਿਆਨੀ ਜੈਲ ਸਿੰਘ ਦੇ ਪਿੰਡ ਦਾ ਸੀ ਕਲਚਰ ਵੇਖੋ ਕਿ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਜਦੋਂ ਹਾਲਚ ਆਉਂਦੇ ਸੀ ਉਹ ਜਾ ਕੇ ਜੋਗਾਜੀ ਦੇ ਗੋਡੀਆਂ ਹਥਲਾਉਂਦੇ ਸਨ ਜਗੀਰ ਸਿੰਘ ਜੋਗਾ ਦੇ ਪੁਰਾਣੇ ਸਤਕਾਰ ਦਾ ਕਰਕੇ ਤੇ ਜਸਵਿੰਦਰ ਸੋਰੀ ਉਹ ਆ ਕੇ ਗਿਆਨੀ ਜੀ ਦੇ ਗੋਡੀਆਂ ਹਥਲਾਉਂਦੇ ਸਨ ਕਿਉਂਕਿ ਇੱਕੋ ਪਿੰਡ ਚੋਂ ਚਾਜਪਤੀ ਜੱ ਲੱਗਦੇ ਸੀ ਹੁਣ ਕਿਦਾਂ ਦਾ ਕਲਚਰ ਹੁੰਦਾ ਕਿਦਾਂ ਸ਼ੁਭ ਕਾਮਨਾਵਾਂ ਹੁੰਦੀਆਂ ਇੱਥੇ ਅੱਜ ਕੱਲ ਜਿਹੜਾ ਬਾਦ ਦਾ ਬਤੰਗੜ ਬਣਾਉਣ ਵਾਲੇ ਕਹਾਣੀ ਚੱਲ ਪਈ ਹੈ ਨਾ ਉਹਨੂੰ ਥੋੜਾ ਜਿਹਾ ਛੱਡ ਦੇਣਾ ਚਾਹੀ ਉਹ ਕੁਝ ਥੋੜੇ ਜਿਹੇ ਸਹਿਰਦਤਾ ਹੋਣੀ ਚਾਹੀਦੀ ਆ ਤੇ ਜੋ ਕੁਝ ਹੋ ਰਿਹਾ ਉਹ ਠੀਕ ਨਹੀਂ ਲੱਗਦਾ ਜੀ ਪੰਡਤ ਸਾਹਿਬ ਇਸ ਵਾਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਹ ਗੱਲ ਨਹੀਂ ਕਹੀ ਕਿ ਸਾਨੂੰ ਵਿਰੋਧੀਆਂ ਨੇ ਤੰਗ ਪਰੇਸ਼ਾਨ ਕੀਤੇ ਜਾਂ ਦੋਸ਼ ਲਾਏ ਸੀਗੇ ਕਾਂਗਰਸ ਪਾਰਟੀ ਦਾ ਇੱਕ ਬਿਆਨ ਆਇਆ ਉਹਨਾਂ ਨੇ ਹੁਣ ਦੋਸ਼ ਲਾਇਆ ਆਪਣੀ ਪਾਰਟੀ ਦੇ ਉੱਪਰ ਚਰਨਜੀਤ ਸਿੰਘ ਚੰਦੇ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਹਾਰ ਦਾ ਦੋਸ਼ ਬੰਦੇ ਤਾਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਇਹ ਕਾਂਗਰਸ ਵਿੱਚ ਕਾਟੋਕਲੇਸ਼ ਪਹਿਲਾਂ ਤਾਂ ਮੁੱਕਾ ਨਹੀਂ ਸੀ ਹੁਣ ਅੱਗੇ ਵੀ ਚੱਲਦੇ ਗਿਆ ਕਿੰਨਾ ਚਿਰ ਇਹ ਚੱਲੀ ਜਾਊਗਾ ਅ ਚੋਣਾ ਚੱਲਦੀਆਂ ਚ ਸਭ ਤੋਂ ਪਹਿਲਾਂ ਇਸ ਮੁੱਦੇ ਨੂੰ ਭਗਵੰਤ ਮਾਨ ਨੇ ਚੁੱਕਿਆ ਜੀ ਕਹਿੰਦਾ ਇਹ ਪਾਰਟੀ ਰਾਜ ਕਰਨ ਦਾ ਦਾਵਾ ਕਰਦੀ ਹੈ ਦੁਬਾਰਾ ਜਿੱਤਣ ਦਾ ਦਾਵਾ ਕਰਦੀ ਹੈ ਉਹ ਕਹਿੰਦਾ ਮੁੱਖ ਮੰਤਰੀ ਦੀ ਸਿੱਧੂ ਨਾਲ ਨਹੀਂ ਬਣਦੀ ਸੁਨੀਲ ਜਾਖੜ ਦੀ ਮੁੱਖ ਮੰਤਰੀ ਨਾਲ ਨਹੀਂ ਬਣਦੀ ਸੁਖਜਿੰਦਰ ਸਿੰਘ ਆਦੇਵ ਦੀ ਉਹ ਦਿਨਾਂ ਨਹੀਂ ਬਣਦੀ ਉਹਨੇ ਗਿਣ-ਗਿਣ ਕੇ ਸਾਰੇ ਤੇ ਕਹਿੰਦੇ ਸਾਰੇ ਜਣੇ ਜਿਹੜੇ ਸਿੱਧੂ ਨਾਲ ਕਿਸੇ ਦੀ ਨਹੀਂ ਬਣਦੀ ਤੇ ਸਿੱਧੂ ਦੀ ਅੱਗੇ ਕਿਸੇ ਨਾਲ ਵੀ ਨਹੀਂ ਬਣਦੀ ਅੱਛਾ ਹੁਣ ਜੋ ਕੁਝ ਉਦੋਂ ਸੀ ਜੇ ਚੱਜ ਨਾਲ ਇੱਕਮੂ ਹੋ ਕੇ ਜਾਂਦੇ ਇੱਕ رائے ਬਣਾ ਕੇ ਲੋਕਾਂ ਤੇ ਜਾਂਦੇ 18 ਆਈਆਂ ਨੇ ਹੋ ਸਕਦਾ 28 ਹੋ ਜਾਂਦੀ ਉਸ ਦਾ 38 ਹੋ ਜਾਣਾ ਕੁਝ ਗੱਲ ਬਣ ਸਕਦੀ ਸੀ ਇਹ ਚੱਲਦੀ ਚੋਣ ਦੌਰਾਨ ਵੀ ਆਪਣੀ ਸੀਟ ਕੱਢਣ ਦੇ ਬਜਾਏ ਦੂਜੇ ਦੀ ਸੀਟ ਹਰਾਉਣ ਵਾਸਤੇ ਸਾਰੇ ਜਣੇ ਜ਼ੋਰ ਲਾਉਂਦੇ ਰਹੇ ਪਾਰਟੀ ਦੇ ਉੱਤੇ ਪਾਰਲੀਮੈਂਟ ਮੈਂਬਰਾਂ ਚੋਂ ਅੰਮ੍ਰਿਤਸਰ ਵਾਲਾ ਪਾਰਲੀਮੈਂਟ ਮੈਂਬਰ ਗਿਆ ਮਦਦ ਕਰਨ ਵਾਸਤੇ ਤੇ ਜੋ ਜੋਸਰ ਸਿੱਧੂ ਨੇ ਬੈਠੀ ਕੀਤੀ ਉਹ ਪਿਛੇ ਮੁੜ ਗਿਆ ਦੂਸਰਾ ਹਲਕਾ ਤਰਨ ਤਰਨ ਦਾ ਉਥੋਂ ਦਾ ਪਾਰਲੀਮੈਂਟ ਮੈਂਬਰ ਆਪਣੇ ਵਿਧਾਇਕਾਂ ਨਾਲ ਦੇ ਦੁਆਰਾ ਚੋਣ ਲੜਨ ਵਾਲਾ ਇੰਨਾ ਕ ਨਾਰਾਜ਼ ਸੀ ਕਿ ਉਹਨੇ ਜਲਦੀ ਚੋਣ 'ਚ ਆਪਣਾ ਭਰਾ ਕਾਲੀਆਂ ਨਾਲ ਚੜ੍ਹਤਾ ਆਪ ਖੁੱਲ ਕੇ ਵਿਰੋਧ ਕਰਦਾ ਫਿਰ ਉਹਦੇ ਤੋਂ ਬਾਅਦ ਉਹ ਆਨੰਦਪੁਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਐ ਮਨੀਸ਼ ਤੜੀ ਉਹ ਜਲਦੀ ਚੋਣ ਦੌਰਾਨ ਪਾਰਟੀ ਦੇ ਬਾਰੇ ਨਾਰਾਜ਼ਗੀਆ ਆਪਣੀਆਂ ਜाहिर ਕਰਦਾ ਰਿਹਾ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਪਾਰਲੀਮੈਂਟ ਮੈਂਬਰ ਉਹ ਖੁੱਲੇ ਤੌਰ ਤੇ ਕਹਿੰਦਾ ਰਿਹਾ ਕਿ ਇੱਕ ਤੁਸੀਂ ਵੋਟਾਂ ਪੈਣ ਦੇ ਤੇ ਨਤੀਜੇ ਨਿਕਲਣ ਦੇ ਮੈਂ ਉਦੋਂ ਦੱਸੂਗਾ ਕੀ ਕਰਦੇ ਪਿਆ ਔਰ ਮੁੜ ਮੁੜ ਕੇ ਕਹਿੰਦਾ ਸੀ ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਆ ਗੋਵਿੰਦ ਰਾਜਨੀਆ ਬੁਖਾਰਿਆ ਸੀ ਕਿ ਕਿੰਨੇ ਜਾਣੇ ਸੀ ਸਾਰੀ ਚੋਣ ਚੱਲਦੀ ਚ ਇਹਨਾਂ ਚੋਂ ਕਿਸੇ ਨੇ ਜ਼ਬਾਨ ਆਪਣੇ ਮੂੰਹ ਚ ਨਹੀਂ ਪਾਈ ਇਹ ਆਪ ਸੁੱਚ ਲੱਗੇ ਰ ਤੇ ਦੂਸਰਾ ਵਾਸਤੇ ਸੌਖਾ ਮੌਕਾ ਸੀ ਇਸ ਮੌਕੇ ਨੂੰ ਵਰਤ ਸਕਦੇ ਸੀ ਅਕਾਲੀ ਪਰ ਅਕਾਲੀਆਂ ਦੀ ਆਪਣੀ ਹਾਲਤ ਪਾਣੀੋਂ ਪਤਲੀ ਸੀ ਕੋਈ ਉਹਨਾਂ ਦੀ ਗੱਲ ਸੁਣਨੋਂ ਤਿਆਰ ਨਹੀਂ ਸੀ ਹਾਲਾਂਕਿ ਮੈਂ ਇਹ ਵੇਖਿਆ ਸੀ ਕਿ ਕਿਸਾਨਾਂ ਦਾ ਧਰਨਾ ਦਿੱਲੀ ਚੱਲਦਾ ਸੀ ਜਦੋਂ ਸਾਰੀਆਂ ਪਾਰਟੀਆਂ ਘਰੀ ਬੈਠੀਆਂ ਸੀ ਵੀ ਕਿਸਾਨ ਬੇਇੱਜ਼ਤੀ ਕਰਦੇ ਆ ਸੁਖਬੀਰ ਸਿੰਘ ਬਾਦਲ ਉਦੋਂ ਵੀ ਕਿਸਾਨ ਆਪਣੀ ਪਾਰਟੀ ਵੱਲੋਂ ਰੈਲੀਆਂ ਕਰਦਾ ਰਿਹਾ ਅਸੀਂ ਸਾਰੇ ਵੇਖਦੇ ਸੀ ਕਿ ਮਰੀ ਪਈ ਪਾਰਟੀ ਨੂੰ ਉਠਾਉਣ ਵਾਸਤੇ ਉਹਨੇ ਮਿਹਨਤ ਬਹੁਤ ਕੀਤੀ ਹੈ ਪਰ ਮਿਹਨਤ ਕੀਤੀ ਕਰੋ ਕੀ ਪੁਰਾਣੇ ਜਿਹੇ ਸਾਨੂੰ ਕੀਤੇ ਕਾਰੇ ਉਹਨਾਂ ਨੇ ਪਾਰਟੀ ਨੂੰ ਉਠਣ ਦਿੱਤੀ ਉਦੋਂ ਨੇ ਮਿਹਨਤ ਕੀਤੀ ਜੀ ਉਹਦੀ ਅਕਾਲੀ ਪਾਰਟੀ 'ਚੋਂ ਇੱਕ ਵੀ ਬੰਦਾ ਉਹਦੇ ਖਿਲਾਫ ਨਹੀਂ ਸੀ ਬੋਲਦਾ ਇਹੋ ਜੀ ਹਾਲ ਦੇ ਵਿੱਚ ਵੀ ਅੱਜ ਹੁਣ ਮੀਟਿੰਗ ਹੁੰਦੀ ਬੰਨੀ ਪਤਾ ਕੀ ਬਣੇ ਅੱਛਾ ਦੂਸਰੇ ਪਾਸੇ ਭਾਜਪਾ ਵਾਲੇ ਕੁੱਟ ਖਾ ਕੇ ਵੀ ਸਾਰੇ ਇਕੱਠੇ ਸੀ ਆਮ ਆਦਮੀ ਪਾਰਟੀ ਇੱਕ ਦੂਸਰੇ ਖਰਾਬ ਕੋਈ ਨਹੀਂ ਸੀ ਬੋਡੀ ਪਰ ਇਹ ਕਾਂਗਰਸੀਆਂ ਦਾ ਕਪੱਤ ਚੋਣ ਹਾਰਨ ਵਾਲੀ ਘੜੀ ਤੱਕ ਤੇ ਉਹਦੇ ਤੋਂ ਬਾਅਦ ਵੀ ਅਜੇ ਤੱਕ ਵੀ ਲੜੀ ਜਾਂਦੇ ਹੁਣ ਵੀ ਹਰ ਕੋਈ ਕਹਿੰਦਾ ਮੈਂ ਤੈਨੂੰ ਵੇਖ ਲਊਂ ਕਹਿੰਦਾ ਮੈਂ ਵੀ ਤੈਨੂੰ ਵੇਖ ਲਊ ਤੇ ਵੇਖ ਲਓ ਇੱਕ ਵਾਰੀ ਆਮੋ ਸਾਹਮਣੇ ਖਲੋ ਕੇ ਨਹੀਂ ਜੀ ਅੱਬੋ ਸਾਹਮਣੇ ਖਲੋਣਾ ਤੇ ਸ਼ੀਸ਼ੇ ਵਿੱਚ ਦੀ ਵੇਖ ਲੋ ਤੁਸੀਂ ਮੋਬਾਈਲ ਫੋਨ ਤੇ ਵੇਖ ਲੋ ਅੱਜ ਕੱਲ ਤੇ ਵੀਡੀਓ ਕਾਨਫਰੰਸ ਦਾ ਜਮਾਨਾ ਤੁਸੀਂ ਵੀਡੀਓ ਕਾਨਫਰੰਸ ਕਰੋ ਸਾਰੇ ਇੱਕ ਦੂਸਰੇ ਨੂੰ ਵੇਖ ਹੀ ਲੋ ਚੰਗੀ ਤਰ੍ਹਾਂ ਨਾ ਲੋਕੀ ਤੁਹਾਨੂੰ ਵੇਖ ਲੈਣਗੇ ਕਿ ਕੀ ਤੁਹਾਡੀ ਔਕਾਤ ਕੀ ਹੈ ਤੁਸੀਂ ਕਰਦੇ ਕੀ ਪਏ ਇਹ ਜਿੱਦਾਂ ਕਰਦੇ ਪਏ ਨਾ ਇਹਨਾਂ ਨੇ ਰੈਂਦੀ ਵੀ ਪਾਰਟੀ ਡੋਬ ਡੱਬ ਦੇਣੀ ਆ ਉੱਪਰ ਬੀਬੀ ਸੋਨੀਆ ਗਾਂਧੀ ਆ ਜਿਹਨੂੰ ਆਪਣੇ ਪੁੱਤਰ ਤੋਂ ਬਾਅਦ ਦੂਸਰਾ ਸਾਰੀ ਦੁਨੀਆ ਚ ਸਿਆਣਾ ਪੁੱਤ ਕੋ ਜੰਮਿਆ ਹੀ ਨਹੀਂ ਆਪਦਾ ਉਹ ਵੀ ਪਾਰਟੀ ਡੋਬਣ ਵਾਸਤੇ ਲੱਗੀ ਹੋਈ ਓ ਕੀ ਕਰ ਰਹੀ ਆ ਜੀ ਸਾਹੀ ਚੰਨੀ ਸਾਹਿਬ ਪਹਿਲਾਂ ਕਹਿੰਦੇ ਸੀ ਨਾ ਕੀ ਗੱਲਾਂ ਕਰਦੇ ਹੋ ਯਾਰ ਹੁਣ ਉਹ ਦੂਜੇ ਤਰ੍ਹਾਂ ਕਿਆ ਕਹਿਣ ਲੱਪਿਆ ਕਿਆ ਕਰਕੇ ਰੱਖਤਾ ਯਾਰ ਨਾ ਹੁੰਦਾ ਇਹ ਵੀ ਕਹਿਣਗੇ ਕਿਆ ਗੱਲ ਬਜੀ ਆ ਯਾਰ ਸਾਰੀਆਂ ਤਾਂ ਹੋ ਗਈਆਂ ਲੋਕਾਂ ਹੀ ਕਰ ਦਿੱਤੀਆਂ ਆਪਣੇ ਪਾਸੇ ਤੇ ਵਜਿਆ ਹੀ ਕੋਈ ਨਹੀਂ ਹੁਣ ਕਿਆ ਗੱਲ ਕਰਨ ਵਾਲੀ ਰਹਿ ਗਈ ਹੈ ਨਹੀਂ ਗੱਲ ਤਾਂ ਪੰਨ ਸਭ ਠੀਕ ਹੈ ਚਲੋ ਅੱਗੇ ਖਬਰ ਵੱਲ ਵਧਦੇ ਆ ਪੰਨ ਸਭ ਬਿਹਾਰ ਵੱਲ ਚਲਦੇ ਆ ਵਿਧਾਨ ਸਭਾ ਵਿੱਚ ਬਹੁਤ ਰੌਲਾ ਪਿਆ ਨਿਤਿਸ਼ ਕੁਮਾਰ ਨੇ ਸਪੀਕਰ ਤੇ ਜਿਸ ਤਰ੍ਹਾਂ ਭੜਕਿਆ ਇਹ ਕਿਉਂ ਇਦਾਂ ਦਾ ਮੁੱਦਾ ਬਣ ਗਿਆ ਕਹਾਣੀ ਬਣ ਗਈ ਨਿਤਿਸ਼ ਕੁਮਾਰ ਬਹੁਤ ਪੁਰਾਣਾ ਸਿਆਸਤਦਾਨ ਹੈ ਬੜੇ ਚਿਰ ਦਾ ਮੁੱਖ ਮੰਤਰੀ ਉਹਦੋਂ ਵੀ ਮੁੱਖ ਮੰਤਰੀ ਸੀ ਜਦੋਂ ਲਾਲੂ ਪ੍ਰਸਾਦ ਦੀ ਮਦਦ ਨਾ ਬਣਿਆ ਸੀ ਅੱਜ ਜਦੋਂ ਥੋੜੀਆਂ ਜੀਆਂ ਸੀਟਾਂ ਤੇ ਭਾਜਪਾ ਦੇ ਆਸਰੇ ਮੁੱਖ ਮੰਤਰੀ ਹੈ। ਭੱਲੇ ਕੱਖ ਨਹੀਂ ਪਰ ਫੁਕਾਰਾ ਨਹੀਂ ਛੜਦਾ। ਜੀ ਹੁਣ ਜਿਹੜੀ ਗੱਲ ਤੋਂ ਝਗੜਾ ਪਿਆ ਉਹ ਇਹ ਆ ਕਿ ਉੱਥੇ ਇੱਕ ਥਾਂ ਦੇ ਉੱਤੇ ਧਾਰਮਿਕ ਸਮਾਗਮ ਦੇ ਵਿੱਚ ਕੁੜੀਆਂ ਤੋਂ ਮਾਡਲਰ ਲਿਆ ਕੇ ਉਹਨਾਂ ਤੋਂ ਡਾਂਸ ਕਰਾ ਕੇ ਉਹਦਾ ਰੌਲਾ ਪੈ ਗਿਆ। ਰੌਲਾ ਪੈਣ ਤੋਂ ਬਾਅਦ ਫਿਰ ਪੁਲਿਸ ਦੇ ਦਬਾਅ ਬਣਿਆ ਪੁਲਿਸ ਨੇ ਕੇਸ ਬਣਾਉਣਾ ਸੀ। ਜਿਨ੍ਹਾਂ ਨੇ ਸਾਰੇ ਕੁਝ ਕੀਤਾ ਸੀ ਉਹ ਛੱਡ ਦਿੱਤਾ ਤੇ ਜਿਹੜੇ ਵੇਖਣ ਵਾਸਤੇ ਗਏ ਸੀ ਉਹਨਾਂ ਚੋਂ ਦੋ ਤਿੰਨ ਬੰਦੇ ਫੜ ਕੇ ਲਿਆ ਕੇ ਤੇ ਉਹਨਾਂ ਨੂੰ ਕੁੱਟ ਮਾਰ ਕੇ ਆਖਿਆ ਇਕਬਾਲ ਕਰੋ ਤੁਸੀਂ ਇਹ ਕਰਾਇਆ ਉਹ ਕਹਿੰਦੇ ਇਹ ਕਰਾਇਆ ਹੀ ਨਹੀਂ ਕਰੋਨਾ ਦੇ ਹੋ ਰਹੀ ਤੇ ਉੱਥੇ ਸਾਹਮਣੇ ਬੈਠੇ ਸਨ ਨੇ ਤੁਹਾਡੀ ਫੋਟੋ ਦੇਸੀ ਤੇ ਤੁਸੀਂ ਅੱਗੇ ਸੀ ਕਹਿੰਦੇ ਉਹ ਉਥੇ ਦੇ ਫੋਟੋ ਸੈਂਕੜੇ ਲੋਕਾਂ ਦੇ ਇਹੀਂ ਵੀ ਵੇਚਾ ਉਹ ਉਹ ਮद्दा ਚਲਾ ਗਿਆ ਸਪੀਕਰ ਕੋਲ ਵਿਧਾਨ ਸਭਾ ਦਾ ਸਪੀਕਰ ਜਿਹੜਾ ਉਹ ਉਸੇ ਇਲਾਕੇ ਦਾ ਕਿਉਂਕਿ ਉਸੇ ਇਲਾਕੇ ਦਾ ਉਹਨੇ ਉਸ ਮੁੱਦੇ ਨੂੰ ਚੁੱਕ ਲਿਆ ਵਿਧਾਨ ਸਭਾ ਜੇ ਮੁੱਦਾ ਮੁਰਮੁਰ ਕੇ ਚੁੱਕਿਆ ਗਿਆ ਮੁੱਖ ਮੰਤਰੀ ਦੇ ਚਹੇਤੇ ਜਿਹੜੇ ਉੱਥੇ ਪੁਲਿਸ ਵਾਲੇ ਦੋ ਤਿੰਨ ਲੱਗੇ ਨੇ ਮੁੱਖ ਮੰਤਰੀ ਉਹਨਾਂ ਨੂੰ ਬਚਾਉਣ ਲੱਗੇ ਉਹ ਨਤੀਸ਼ ਕੁਮਾਰ ਉਹ ਮੁੱਦਾ ਫੇਰ ਉੱਠਿਆ ਤੇ ਮੁੱਖ ਮੰਤਰੀ ਵਿਧਾਨ ਸਭਾ ਦੀ ਬਿਲਡਿੰਗ ਦੇ ਵਿੱਚ ਆਪਣੇ ਚੈਂਬਰ 'ਚ ਆਪਣੇ ਦਫ਼ਤਰ 'ਚ ਬੀਟਾ ਸੀ ਉੱਥੇ ਉਹਨਾਂ ਸਭ ਕੁਝ ਸੁਣਦਾ ਸੀ ਇੱਕਦਮ ਉੱਠ ਕੇ ਆ ਤੇ ਅੰਦਰ ਆ ਕੇ ਸਪੀਕਰ ਤੋਂ ਪੁੱਛੇ ਗਿਆ ਰੌਲਾ ਪਾਤਾ ਐ ਤੁਸੀਂ ਕੀ ਕਰਦੇ ਪਏ ਆ ਇਹੋ ਜੇ ਕੇਸ ਅਦਾਲਤਾਂ ਜਾਂਦੇ ਹੁੰਦੇ ਨੇ ਕਿ ਵਿਧਾਨ ਸਭਾ 'ਚ ਡਿਸਕਸ ਹੋਣਗੇ ਤੁਸੀਂ ਸੰਵਿਧਾਨ ਦਾ ਜਲੂਸ ਕੱਢਣਾ ਸ਼ੁਰੂ ਕੀਤਾ ਤੁਸੀਂ ਕਰਦੇ ਕੀ ਪਏ ਹੋ ਸਪੀਕਰ ਨੇ ਆਖਿਆ ਜੀ ਅਸੀਂ ਜਲੂਸ ਨਹੀਂ ਕੱਢ ਰਹੇ ਸੰਵਿਧਾਨ ਦਾ ਜਲੂਸ ਪੁਲਿਸ ਕੱਢ ਪੁਲਿਸ ਵਾਲਾ ਜੋ ਕੁਝ ਕੀਤਾ ਉਹ ਗਲਤ ਕੀਤਾ ਜੇ ਤੁਸੀਂ ਅਸਲੀ ਬੰਦੇ ਨੂੰ ਛਡਾ ਕੇ ਤੇ ਗਲਤ ਬੰਦਿਆਂ ਦੇ ਉੱਤੇ ਤੁਸੀਂ ਬਿਨਾਂ ਵਜ੍ਹਾ ਕੇਸ ਕਰੀ ਜਾਓਗੇ ਤੇ ਉੱਤੇ ਰੌਲਾ ਪੈਣਾ ਵਿਧਾਇਕ ਪਾ ਰਹੇ ਨੇ ਕਿਉਂਕਿ ਵਿਧਾਇਕਾਂ ਕੋਲ ਗੱਲ ਆ ਰਹੀ ਮੈਂ ਤੇ ਆਪ ਇਸ ਗੱਲ ਤੇ ਦੁਖੀ ਹਾਂ ਕਿਉਂਕਿ ਉਹ ਆਪਣਾ ਲੈ ਕੇ ਲੈ ਕੇ ਸਪੀਕਰ ਦਾ ਇਹਨੇ ਆਮ ਤੌਰ ਤੇ ਸਪੀਕਰ ਨੂੰ ਇਦਾਂ ਸਿੱਧਾ ਸੰਬੋਧਨ ਕਰਕੇ ਟੋਕੀਦਾ ਨਹੀਂ ਨਤੀਸ਼ ਕੁਮਾਰ ਸਿੱਧਾ ਕਹਿੰਦਾ ਤੁਸੀਂ ਸੰਵਿਧਾਨ ਦਾ ਨੁਕਸਾਨ ਕਰ ਰਹੇ ਹੋ ਉਹ ਕਹਿੰਦਾ ਸੰਵਿਧਾਨ ਤੁਸੀਂ ਸਾਡੇ ਤੋਂ ਵੱਧ ਪੜਿਆ ਅਸੀਂ ਤਾਂ ਤੁਹਾਡੇ ਤੋਂ ਸਿੱਖਣਾ ਮੁੱਖ ਮੰਤਰੀ ਸਾਹਿਬ ਜੋ ਤੁਸੀਂ ਕਰਨ ਰਹੇ ਆ ਇਦਾਂ ਦਾ ਸੰਵਧਾਨ ਬਣ ਜੇਗਾ ਇਹਦੇ ਉੱਤੇ ਜਿਹੜਾ ਤਮੱਜੜ ਉੱਥੇ ਪਿਆ ਜਿਹੜਾ ਉੱਥੇ ਤੋਂ ਤੋਂ ਮਾਮੇ ਹੋਈ ਆ ਮੁੱਖ ਮੰਤਰੀ ਦੀ ਤੇ ਸਪੀਕਰ ਦੀ ਇਦਾਂ ਦੀ ਕਦੇ ਕਿਸੇ ਮੁੱਖ ਮੰਤਰੀ ਤੇ ਸਪੀਕਰ ਦੀ ਹੋਈ ਨਹੀਂ ਫਿਰ ਹੈ ਦੋਵੇਂ ਇੱਕੋ ਮਤਲਬ ਅ ਅਲਾਈਸ ਦੇ ਨੇ ਇੱਕੋ ਗੱਠ ਜੋੜਦੇ ਨੇ ਉਹਦੇ ਚ ਅੱਜ ਸਾਰੇ ਪਾਸੇ ਚਰਚਾ ਹੁੰਦੀ ਪਈ ਆ ਕਿ ਨਤੀਸ਼ ਕੁਵਾਰ ਵਰਗਾ ਬੰਦਾ ਜਿਹੜਾ ਇਹੋ ਜੀਆਂ ਗੱਲਾਂ ਨੂੰ ਸੰਭਾਲਣ ਵਾਸਤੇ ਬਹੁਤ ਮਸ਼ਹੂਰ ਆ ਉਹਨੂੰ ਲੋਕੀਂ ਬਿਹਾਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵਰਗਾ ਇਸ ਕਿਸਮ ਦੀਆਂ ਟਕੜਮਾਂ ਨੂੰ ਸੰਭਾਲਣ ਵਾਲਾ ਬੰਦਾ ਗਿਣਿਆ ਜਾਂਦਾ ਔਰ ਲੋਕ ਇਹ ਕਹਿੰਦੇ ਆ ਕਿ ਇਹਦੇ ਵਾਂਗ ਹੀ ਉਹ ਵੀ ਹਰ ਤੇ ਮੰਡਾ ਮੰਡਾ ਪਾ ਕੇ ਗਲਮਗਲਾ ਤੁਹਾਡੀ ਇਹਦੇ ਕਰ ਲੈਣ ਤੁਸੀਂ ਛੱਡੋ ਵੀ ਨਾ ਆ ਵੀ ਕਰ ਲੋ ਕਰਨ ਜਾਣਦਾ ਸੀ ਪਰ ਅੱਜ ਉਹ ਆਪ ਜਿੱਦਾਂ ਸਪੀਕਰ ਨਾਲ ਸਿੱਧੀ ਉਹਨੇ ਤੂੰ ਤੂੰ ਮੈਂ ਮੈਂ ਕੀਤੀ ਜਿਹੜੀ ਹੱਦ ਤੱਕ ਚਲਾ ਗਿਆ ਉਹਦੇ ਨਾਲ ਵਿਹਾਰ ਦੇ ਵਿੱਚ ਲੋਕਤੰਤਰੀ ਪਰੰਪਰਾ ਦਾ ਘਾણોਆ ਬੇਤੀਓ ਨੇ ਆਪਣੀ ਕਰਵਾ ਲਈ ਜੇ ਨਾ ਬੋਲਦਾ ਤੇ ਸਪੀਕਰ ਤੇ ਬਾਕੀ ਐਮ ਐਲ ਐਸ ਨੇ ਉਹਦੇ ਅੱਗੇ ਵੀ ਕੰਨ ਬੋਲਣਾ ਸੀ ਲੀਡਰ ਆਪਨ ਸਭ ਬੁਲਣ ਤੋਂ ਬਿਨਾ ਰਹਿੰਦੇ ਨਹੀਂ ਪਰ ਅੱਪਾ ਚਰਚਾ ਕਰਨੀ ਖਬਰਾਂ ਤੇ ਕਰ ਲਈ ਤੁਸੀਂ ਬਹੁਤ ਬਹੁਤ ਧੰਨਵਾਦ ਖਬਰਾਂ ਦੀ ਚਰਚਾ ਕੀਤੀ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਮਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।